ਤਰਨਤਾਰਨ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਗੁਪਤ ਸੂਚਨਾ ਦੇ ਆਧਾਰ ਤੇ ਭੱਟੀ ਇਲਾਕੇ 'ਚ ਕੀਤੀ ਗਈ ਨਾਕਾਬੰਦੀ ਦੌਰਾਨ 3 ਵਿਅਕਤੀਆਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਹ ਬਾਈਕ ਭਜਾ ਕੇ ਲੈ ਗਏ, ਲੇਕਿਨ ਪੁਲਿਸ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਜਾਰੀ ਰਿਹਾ ਅਤੇ ਇਹਨਾਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਉਹ 3 ਵਿਅਕਤੀ ਹਨ ਜਿਨ੍ਹਾਂ ਨੇ ਫਗਵਾੜਾ ਨਜ਼ਦੀਕ ਸੁੱਕਾ ਕਾਲਵਾਂ ਅਤੇ ਹੋਰ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇਹਨਾਂ ਕੋਲੋਂ 30 ਬੋਰ ਦਾ ਪਿਸਟਲ, 2 ਮੈਗਜ਼ੀਨ ਅਤੇ 8 ਜਿੰਦਾ ਰੋਂਦ ਬਰਾਮਦ ਕੀਤੇ ਨੇ। ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਇਸ ਸੰਬੰਧੀ IG ਬਾਰਡਰ ਜੋਨ ਲੋਕਨਾਥ ਆਗਰਾ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਕਾਬੂ ਕਰਨ 'ਚ ਪੁਲਿਸ ਨੂੰ ਸਖ਼ਤ ਮਿਹਨਤ ਕਰਨੀ ਪਈ। ਇਹ ਉਹ ਵਿਅਕਤੀ ਹਨ ਜਿਨ੍ਹਾਂ ਨੇ ਲਗਭਗ 6 ਕਤਲ ਅਤੇ ਚੋਰੀ ਡਾਕੇ ਦੀਆਂ ਅਨੇਕ ਵਾਰਦਾਤਾਂ ਨੂੰ ਅੰਜਾਮ ਦਿੱਤਾ। ਨੋਟੋਰੀਅਸ ਗੈਂਗਸਟਰ ਹਰਜਿੰਦਰ ਗੌਂਡਰ ਨੂੰ ਪੁਲਿਸ ਨੇ ਪਕੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪਿਛਲੇ ਲੰਬੇ ਸਮੇਂ ਤੋਂ ਪੁਲਿਸ ਦੀ ਪਕੜ ਤੋਂ ਬਾਹਰ ਸੀ। ਇਸਨੇ 6 ਕਤਲ ਅਤੇ ਅਟੈਂਪਟ ਟੂ ਮਰਡਰ, 4 ਕੇਸਿਸ, ਬਹੁਤ ਸਾਰੀਆਂ ਸਨੈਚਿੰਗ ਡਕੇਤੀਆਂ 'ਚ ਵਾਂਟਡ ਸੀਗਾ ਅਤੇ ਪੁਲਿਸ ਦੀ ਇਹ ਬੜੀ ਵੱਡੀ ਕਾਮਯਾਬੀ ਹੈ ਕਿ ਪੁਲਿਸ ਪਾਰਟੀ ਨੇ ਬੜੇ ਹੌਸਲਾ ਦਿਖਾ ਕੇ ਇਸ ਨੂੰ ਕਾਬੂ ਕੀਤਾ ਹੈ ਅਤੇ ਪਿਛਲੇ ਲਗਭਗ 12-13 ਸਾਲਾਂ ਤੋਂ ਪੁਲਿਸ ਤੋਂ ਬਚਦਾ ਰਿਹਾ ਸੀ। ਇਸਨੇ ਪੁਲਿਸ 'ਤੇ ਫਾਇਰ ਵੀ ਕੀਤਾ ਪਰ ਪੁਲਿਸ ਨੇ ਬੜੀ ਦਲੇਰੀ ਨਾਲ ਇਸ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਹੈ। ਹਾਂ, ਇੱਕ ਬੰਦਾ ਹੋਰ ਫੜਿਆ ਗਿਆ, ਜਿਹੜਾ ਇੱਕ ਬੰਦਾ ਭੱਜਣ 'ਚ ਕਾਮਯਾਬ ਹੋ ਗਿਆ, ਪ੍ਰੇਮਾ ਲੋਹੀਆ, ਇੱਕ ਹੋਰ ਇਹਦੇ ਨਾਲ ਇਹਦਾ ਸਾਥੀ ਪਕੜਿਆ ਗਿਆ। ਕਿਸ ਮਾਮਲੇ ਮੁੱਖ ਦੋਸ਼ੀ ਸੀ? ਇਹਦੇ ਖਿਲਾਫ਼ ਬਹੁਤ ਸਾਰੇ ਮਾਮਲੇ ਨੇ, 6 ਕਤਲ ਦੇ ਮਾਮਲੇ ਨੇ ਅਤੇ 4 ਅਟੈਂਪਟ ਟੂ ਮਰਡਰ ਹੈ, ਬਹੁਤ ਸਾਰੀਆਂ ਡਕੈਤੀਆਂ ਹੈ। ਸੁੱਖਾ ਕਾਲਮਾ ਜਿਹੜਾ ਹੈ ਗੈਂਗਸਟਰ ਫਗਵਾੜੇ, ਉਹ ਰੀਸੈਂਟਲੀ ਇਹਨਾਂ ਨੇ ਉਹਦਾ ਮਰਡਰ ਕੀਤਾ ਸੀਗਾ। ਤਰਨ ਤਾਰਨ ਤੋਂ ਆਜ਼ਾਦ TV ਨਿਊਜ਼ ਲਈ ਸਾਹਿਲ ਨਾਗਪਾਲ ਦੀ ਰਿਪੋਰਟ।